ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਸੰਤੋਸ਼ੀ ਨਗਰ ਵਿੱਚ ਪੁਲਿਸ ਵੱਲੋਂ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਅਨਮੋਲ ਵਾਸੀ ਸੰਤੋਸ਼ੀ ਨਗਰ ਦੇ ਰੂਪ ਵਿੱਚ ਹੋਈ ਹੈ। ਆਪਣੀ ਸ਼ਿਕਾਇਤ ਵਿੱਚ ਅਨਮੋਲ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਉਸ ਦੀ ਕਿਸੇ ਹੋਰ ਲੜਕਿਆਂ ਦੇ ਨਾਲ ਕੁੱਟਮਾਰ ਹੋਈ ਸੀ। ਇਸ ਗੱਲ ਨੂੰ ਲੈ ਕੇ ਉਹਨਾਂ ਲੜਕਿਆਂ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਅਨਮੋਲ ਨੂੰ ਥਾਣੇ ਆਉਣ ਲਈ ਕਿਹਾ। ਅਨਮੋਲ ਆਪਣੀ ਦਾਦੀ ਦੇ ਨਾਲ ਥਾਣੇ ਪਹੁੰਚਿਆ ਤਾਂ ਪੁਲਿਸ ਨੇ ਦੋਹਾਂ ਪਾਰਟੀਆਂ ਦੇ ਲੋਕਾਂ ਨੂੰ ਕਮਰੇ 'ਚੋਂ ਬਾਹਰ ਜਾਣ ਨੂੰ ਕਿਹਾ ਅਤੇ ਅਨਮੋਲ ਅਤੇ ਦੂਜਾ ਲੜਕਾ ਜਿਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਨੂੰ ਕਮਰੇ ਵਿੱਚ ਹੀ ਰੁਕਣ ਨੂੰ ਕਿਹਾ। ਉਸ ਤੋਂ ਬਾਅਦ ਹੈੱਡ ਕਾਂਸਟੇਬਲ ਨੇ ਕਮਰਾ ਬੰਦ ਕਰ ਦਿੱਤਾ ਅਤੇ ਹੈੱਡ ਕਾਂਸਟੇਬਲ ਅਤੇ ਸ਼ਿਕਾਇਤਕਰਤਾ ਦੋਹਾਂ ਨੇ ਮਿਲ ਕੇ ਅਨਮੋਲ ਨੂੰ ਬੁਰੀ ਤਰ੍ਹਾਂ ਕੁੱਟਿਆ। ਪੀੜਤ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਜਦੋਂ ਰਾਮ ਮੰਡੀ ਦੇ SHO ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਦਿਖਾਈ ਦਿੱਤੇ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। ਹਾਂਜੀ ਭਾਅ ਜੀ, ਕੀ ਨਾਮ ਕੀ ਹੈ ਤੁਹਾਡਾ? ਕੀ ਗੱਲ ਕੀ ਹੋਈ ਆ ਭਾਈ? ਕੱਲ੍ਹ ਆਪਣੀ ਆਪਸ ਹੋਈ ਸੀ ਮੁੰਡਾ ਮੁੰਡਾ 'ਚ, ਆਪਾਂ ਲੜ ਪਏ, ਉਹਨੇ ਮੇਰੇ ਮਾਰੇ, ਮੈਂ ਵੀ ਉਹਦੇ ਮਾਰੀ ਆ। ਆਪਾਂ 'ਚ ਗੱਲ ਮੁੜ ਕੇ ਥਾਣੇ ਚਲੇ ਗਏ ਪਰਚਾ ਕਰਾਉਣ ਮੇਰੇ ਦੀ। ਮੈਂ ਇਹਨਾਂ ਨੇ ਮੈਨੂੰ ਥਾਣੇ ਪੇਸ਼ ਕੀਤਾ, ਮੇਰਾ ਪੇਪਰ ਸੀ, ਮੈਨੂੰ ਵਾਰ ਵਾਰ ਫੋਨ ਆਉਂਦੇ ਰਹੇ ਇਹਨਾਂ ਦੇ, ਮੈਂ ਚੱਲ ਗਿਆ ਉਹਨਾਂ ਦੇ। ਉਹਨਾਂ ਨੇ ਮੈਨੂੰ ਫਿਰ ਬੁਲਾਇਆ ਅਤੇ ਮੈਂ ਅੱਧਾ ਘੰਟਾ ਉੱਧਰ ਬੈਠਾ ਰਿਹਾ। ਉਦੋਂ ਉਹ ਲੈਂਦੀ ਆਏ ਸੀ, ਪੇਸ਼ ਹੀ ਹੋਏ ਸੀ। ਪੇਸ਼ ਹੋਏ ਤਾਂ ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢਤਾ। ਉਹਨਾਂ ਦੇ ਨਾਲ ਬੜੇ ਆਪਣੇ ਪੂਰਾ ਮਹੱਲਾ ਇਕੱਠਾ ਕਰਕੇ ਲੈ ਕੇ ਆਇਆ ਸੀ। ਮੇਰੇ ਨਾਲ ਮੇਰੀ ਦਾਦੀ ਸੀ, ਬਸ ਦਾਦੀ ਦੇ ਸਵਾਲ ਮੇਰੇ ਨਾਲ ਕੋਈ ਨਹੀਂ ਸੀ। ਇਹਨਾਂ ਨੇ ਦਾਦੀ ਬਜ਼ੁਰਗ ਸੀ, ਉਹਨਾਂ ਨੂੰ ਬਾਹਰ ਕੱਢਤਾ, ਨਾਲੇ ਜਿਹੜੇ ਉਹਨਾਂ ਨਾਲ ਸੀ ਉਹਨਾਂ ਨੂੰ ਬਾਹਰ ਕੱਢਤਾ, ਜਿਹੜਾ ਮੁੰਡਾ ਸੀ ਅਤੇ ਉਹ ਸੀ ਮੈਂ ਅੰਦਰ ਸੀ ਦੋਨੇ, ਅਤੇ ਨਾਲ ਪੁਲਿਸ ਲਾ ਸੀ। ਉਹਨਾਂ ਨੇ ਮੇਰੇ ਕੁੰਡਾ ਲਾਇਆ ਅਤੇ ਉਹਨੇ ਡਾਂਗਾ ਮਾਰੀਆ ਅਤੇ ਚਪੇੜਾ ਮਾਰੀ, ਲੱਤਾਂ ਮਾਰੀਆਂ, ਬੋਲ ਲੰਬੇ ਪਾ ਕੇ ਮਾਰਿਆ ਉਹਨਾਂ ਨੇ। ਭਾਅ ਜੀ ਤੁਸੀਂ ਕਿੱਥੇ ਰਹਿੰਦੇ ਹੋ? ਭਾਅ ਜੀ ਮੈਂ ਸੰਤੋਸ਼ੀ ਨਗਰ 'ਚ ਰਹਿੰਦਾ ਭਾਅ ਜੀ। ਥਾਣਾ ਕਿਹੜਾ ਪੈਂਦਾ? ਰਾਮਾ ਮੰਡੀ ਸੂਰੀ ਕਲੇ। ਅਤੇ ਕੁੱਟਿਆ ਕਿੰਨੇ ਤੁਹਾਨੂੰ? ਮੈਨੂੰ ਪੁਲਿਸ ਨੇ ਕੁੱਟਿਆ ਅਤੇ ਨਾਲੇ ਪੁਲਿਸ ਨੇ ਉਹ ਮੁੰਡੇ ਕੋਲ ਕਟਵਾਇਆ ਮੈਨੂੰ। ਕੇਸ਼ਵ ਨੇ। ਅੱਛਾ, ਪੁਲਿਸ ਵਾਲਾ ਕਿਹੜਾ ਸੀਗਾ? ਇਸ ਵੇਲੇ ਪੁਲਿਸ ਵਾਲਾ ਮੁਨਸ਼ੀ। ਕੀ ਨਾਮ ਕੀ ਉਹਦਾ? ਚਰਨਾ ਸਿੰਘ। ਅੱਛਾ, ਉਹਨਾਂ ਨੇ ਮੈਨੂੰ ਤੁਸੀਂ ਉਸ ਤੋਂ ਬਾਅਦ ਪੁਲਿਸ ਨੂੰ ਕੋਈ ਕੰਪਲੇਂਟ ਨਹੀਂ ਕੀਤੀ? ਅਸੀਂ ਗਏ ਸੀ ਅਤੇ ਉਹਨਾਂ ਨੇ ਕੁਛ ਨਹੀਂ ਕੀਤਾ, ਉਹ ਕਹਿੰਦੇ ਸਵੇਰੇ ਆਇਓ, ਸਵੇਰੇ ਆਇਓ। ਬਾਅਦ 'ਚ ਸਾਨੂੰ ਵੀ ਬੋਲ ਕੇ ਗਏ, ਗਾਲਾਂ ਕੱਢਕੇ ਗਏ ਉਹਦੇ। ਫਿਰ ਦੁਬਾਰਾ ਸੈਨ ਜ਼ਬਰਦਸਤੀ ਕਰਾਇਆ ਸਾਡੇ ਕੋਲ, ਕਹਿੰਦੇ ਤੂੰ ਸੈਨ ਕਰ, ਜੇ ਰਾਜੀ ਨਾ ਮੈਂ ਕਿਹਾ ਸਵੇਰੇ ਹੋਊਗਾ ਤਾਂ ਸਵੇਰੇ ਸੈਨ ਕਰਾਂਗੇ। ਕਹਿੰਦੇ ਨਹੀਂ ਤੂੰ ਸੈਨ ਹੁਣੇ ਕਰ, ਸਾਨੂੰ ਕਹਿੰਦੇ ਨਹੀਂ ਤੈਨੂੰ ਅੰਦਰ ਪਾ ਦੇਣਾ। ਹੁਣ ਤੁਸੀਂ ਪੁਲਿਸ ਨੂੰ ਕੋਈ ਕੰਪਲੇਂਟ ਨਹੀਂ ਕੀਤੀ? ਅਜੇ ਕੀਤੀ ਸੀ, ਪਰ ਉਹ ਨਹੀਂ ਮਾਂ ਸਾਡੀ ਗੱਲ ਨਹੀਂ ਸੁਣਦੇ ਗਏ।